ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਮੈਂ ਭਵਪ੍ਰੀਤ ਡੈਲਵਿੰਗ ਵੀਜ਼ਾਸ ਐਂਡ ਇਮੀਗ੍ਰੇਸ਼ਨ ਤੋਂ। ਅੱਜ ਮੈਂ ਉਹਨਾਂ ਸਟੂਡੈਂਟਸ ਵਾਸਤੇ ਗੁੱਡ ਨਿਊਜ਼ ਲੈ ਕੇ ਆਈ ਹਾਂ ਜਿਹੜੇ ਸਟੂਡੈਂਟਸ ਆਪਣੀ ਸਟੱਡੀ ਯੂਕੇ ਦੇ ਵਿੱਚ ਕਰਨਾ ਚਾਹੁੰਦੇ ਨੇ ਪਰ ਬਿਨਾਂ ਆਇਲਸ ਤੋਂ। ਤਾਂ ਜੀ ਹਾਂ, ਡੈਲਵਿੰਗ ਵੀਜ਼ਾਸ ਐਂਡ ਇਮੀਗ੍ਰੇਸ਼ਨ ਤੁਹਾਡੇ ਵਾਸਤੇ ਆਪਸ਼ਨ ਲੈ ਕੇ ਆਏ ਨੇ ਕਿ ਜੇ ਤੁਸੀਂ ਆਪਣੀ ਫਰਦਰ ਐਜੂਕੇਸ਼ਨ ਚਾਹੇ ਪਲੱਸ ਟੂ ਤੋਂ ਬਾਅਦ, ਚਾਹੇ ਬੈਚਲਰਸ ਤੋਂ ਬਾਅਦ, ਚਾਹੇ ਮਾਸਟਰਸ ਤੋਂ ਬਾਅਦ ਯੂਕੇ ਦੇ ਵਿੱਚ ਕਰਨਾ ਚਾਹੁੰਦੇ ਹੋ ਐਂਡ ਟਰਾਈ ਕਰਨਾ ਚਾਹੁੰਦੇ ਹੋ ਕਿ ਅਸੀਂ ਯੂਕੇ ਦੀ ਸਟੱਡੀ ਵਿਦਾਊਟ ਆਇਲਸ ਲਈ ਜਾਣਾ ਚਾਹੁੰਦੇ ਹੈਗੇ ਹਾਂ, ਤਾਂ ਤੁਸੀਂ ਬਿਲਕੁਲ ਆਪਣੀ ਸਟੱਡੀ ਵੀਜ਼ਾ ਯੂਕੇ ਵਾਸਤੇ ਅਪਲਾਈ ਕਰ ਸਕਦੇ ਹੋ ਬਿਨਾਂ ਆਇਲਸ ਤੋਂ। ਜੇ ਮੈਂ ਰਿਕੁਆਇਰਮੈਂਟਸ ਦੀ ਗੱਲ ਕਰਾਂ ਤਾਂ ਇਹ ਕਿ ਤੁਹਾਡੀ ਜੋ ਮਿਨੀਮਮ ਪਰਸੈਂਟੇਜ ਹੋਣੀ ਚਾਹੀਦੀ ਹੈਗੀ ਹੈ ਲਾਸਟ ਕੁਆਲੀਫਿਕੇਸ਼ਨ ਦੇ ਵਿੱਚ, ਤਾਂ 50% ਐਂਡ ਅਬਵ ਸਟੂਡੈਂਟਸ ਅਪਲਾਈ ਕਰ ਸਕਦੇ ਨੇ। 7 ਤੋਂ 8 ਸਾਲਾਂ ਤੱਕ ਦਾ ਜੋ ਗੈਪ ਹੈ ਉਹ ਐਕਸੈਪਟੇਬਲ ਹੈ ਯੂਕੇ ਦੇ ਵਿੱਚ ਜਸਟੀਫਿਕੇਸ਼ਨ ਦੇ ਨਾਲ। ਐਂਡ ਜੇ ਮੈਂ ਸ਼ੋ ਮਨੀ ਦੀ ਗੱਲ ਕਰਾਂ ਤਾਂ 3 ਮੰਥਸ ਓਲਡ ਜਾਂ 6 ਮੰਥਸ ਓਲਡ ਸ਼ੋ ਮਨੀ ਨਹੀਂ ਚਾਹੀਦੀ, 28 ਡੇਜ਼ ਓਲਡ ਫੰਡ ਚਾਹੀਦਾ ਹੈ ਜਿਸ ਦੇ ਨਾਲ ਤੁਸੀਂ ਅਪਲਾਈ ਕਰ ਸਕਦੇ ਹੋ। ਸਪਾਊਸ ਵੀਜ਼ਾ ਵੀ ਅਲਾਊਡ ਹੈ। ਤਾਂ ਜੇ ਤੁਸੀਂ ਆਪਣਾ ਵੀਜ਼ਾ ਸਿੰਗਲ ਅਪਲਾਈ ਕਰਨਾ ਚਾਹੁੰਦੇ ਹੋ, ਸਿੰਗਲ ਸਟੂਡੈਂਟ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹੋ ਜਾਂ ਫਿਰ ਸਪਾਊਸ ਕੇਸ ਅਪਲਾਈ ਕਰਨਾ ਚਾਹੁੰਦੇ ਹੋ ਵਿਦਾਊਟ ਆਇਲਸ ਅਪਲਾਈ ਕਰਨਾ ਚਾਹੁੰਦੇ ਹੋ 50% ਦੇ ਨਾਲ ਗੈਪ ਦੇ ਨਾਲ, ਕਿ ਤੁਹਾਡਾ ਗੈਪ ਜੋ ਹੈ ਉਹ ਵੀ ਜਸਟੀਫਿਕੇਸ਼ਨ ਦੇ ਨਾਲ ਐਕਸੈਪਟ ਕਰਵਾ ਕੇ ਤੁਸੀਂ ਅਪਲਾਈ ਕਰਨਾ ਚਾਹੁੰਦੇ ਹੋ, ਤਾਂ ਯੂਕੇ ਦੇ ਵਿੱਚ ਤੁਹਾਡੇ ਵਾਸਤੇ ਬਹੁਤ ਸਾਰੇ ਆਪਸ਼ਨਸ ਹੈ। ਤਾਂ ਯੂਕੇ ਦੇ ਵਿੱਚ ਅਪਲਾਈ ਕਰਨ ਲਈ ਜਾਂ ਯੂਕੇ ਦੇ ਉੱਪਰ ਫਰਦਰ ਅਸੈਸਮੈਂਟ ਦੇ ਲਈ ਜਾਂ ਇਨਫੋਰਮੇਸ਼ਨ ਦੇ ਲਈ ਤੁਸੀਂ ਸਾਡੇ ਨੀਚੇ ਦਿੱਤੇ ਹੋਏ ਹੋਟਲਾਈਨ ਨੰਬਰ 'ਤੇ ਕੰਟੈਕਟ ਕਰ ਸਕਦੇ ਹੋ ਜਾਂ ਫਿਰ ਸਾਡੀ ਨੇੜਲੀ ਬ੍ਰਾਂਚ ਵਿਜ਼ਿਟ ਕਰ ਸਕਦੇ ਹੋ। ਥੈਂਕ ਯੂ।